ਫਿਰੋਜ਼ਪੁਰ 'ਚ ਦਿਨ ਦਿਹਾੜੇ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਜਿਹੜੀ ਹੈ ਪਿੰਕ ਕੋਟ ਦੇ ਵਿੱਚੋਂ ਜਿਹੜੀ ਹੈ ਤਰੀਕ ਪੁੱਤਕੇ ਦੇ ਆ ਰਹੀ ਸੀ ਤਾਂ ਕੁਝ ਅਗਿਆਤ ਲੋਕਾਂ ਵੱਲੋਂ ਜਿਹੜੇ ਉਹਦੇ ਤੇ ਹਮਲਾ ਕਰ ਦਿੱਤਾ ਗਿਆ। ਸ਼ਰੇਆਮ ਜਿਹੜੀਆਂ ਤਲਵਾਰਾਂ ਚਲਾਈਆਂ ਗਈਆਂ ਨੇ। ਅਸੀਂ ਖੜੇ ਹਾਂ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਕੈਂਟ ਦੇ ਜਿਹੜਾ ਹੈਗਾ ਕਿ ਬਾਜ ਵਾਲੇ ਚੌਂਕ ਦੇ ਵਿੱਚ। ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਉਹ ਜਗ੍ਹਾ ਹੈ ਜਿੱਥੇ ਮਹਿਲਾ ਦੇ ਉੱਤੇ ਹਮਲਾ ਹੋਇਆ ਹੈ। ਕੁਝ ਅਗਿਆਤ ਲੋਕਾਂ ਨੇ ਤਲਵਾਰਾਂ ਦੇ ਨਾਲ ਜਿਹੜਾ ਉਸ ਤੇ ਹਮਲਾ ਕਰ ਦਿੱਤਾ ਗਿਆ। ਤੁਹਾਨੂੰ ਤਸਵੀਰਾਂ ਦਿਖਾਂਗੇ। ਇਹ ਤੁਸੀਂ ਦੇਖ ਰਹੇ ਜੇ ਇਹ ਬਲੱਡ ਦੇ ਨਿਸ਼ਾਨ ਹੈ ਜਿੱਥੇ ਮਹਿਲਾ ਨੂੰ ਜਿਹੜਾ ਤਲਵਾਰਾਂ ਨਾਲ ਵੱਢਿਆ ਗਿਆ। ਮਹਿਲਾ ਨੂੰ ਜੇਰੇ ਇਲਾਜ ਲਈ ਜੇ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਐਡਮਿਟ ਕਰਾਇਆ ਗਿਆ, ਲੇਕਿਨ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈ ਰੈਫਰ ਕਰ ਦਿੱਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜ਼ਿਲ੍ਹਾ ਫਿਰੋਜ਼ਪੁਰ ਕੈਂਟ ਪੁਲਿਸ ਦੀ ਜਿਹੜੀ ਹੈ ਇੱਥੇ ਗੱਡੀ ਵੀ ਖੜੀ ਹੋਈ ਹੈ ਔਰ ਚੱਪੇ ਚੱਪੇ 'ਤੇ ਪੁਲਿਸ ਜਿਹੜੀ ਹੈ ਕਿ ਛਾਣਬੀਨ ਕਰ ਰਹੀ ਹੈ। ਕੈਮਰੇ ਸੀਸੀ ਫੁਟੇਜ ਜਿਹੜੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੇਖ ਸਕਦੇ ਹੋ ਕਿ ਇਹ ਗੱਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਔਰ ਇਹ ਜਿਹੜਾ ਹੈ ਕਿ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਹਿਲਾ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਹਮਲਾ ਕੀਤਾ ਗਿਆ, ਕਿਸ ਲੋਕਾਂ ਨੇ ਹਮਲਾ ਕੀਤਾ ਗਿਆ। ਜਿਹੜੇ ਮਹਿਲਾ ਨਾਲ ਵੀ ਗੱਲਬਾਤ ਕੀਤੀ ਗਈ ਹੈ। ਮਹਿਲਾ ਨੇ ਦੱਸਿਆ ਹੈ ਕਿ ਕੁਝ ਲੋਕ ਜਿਹੜੇ ਹੈ ਤਲਵਾਰਾਂ ਦੇ ਨਾਲ ਆਇਆ। ਮੈਂ ਕੋਰਟ ਦੇ ਵਿੱਚ ਜਿਹੜੀ ਤਰੀਕ ਦੇ ਜਿਹੜੀ ਗਵਾਹੀ ਦੇਣ ਜਾ ਰਹੀ ਸੀਗੀ ਉਸ ਦੇ ਦੌਰਾਨ ਮੇਰੇ ਉੱਤੇ ਹਮਲਾ ਕਰ ਦਿੱਤਾ ਗਿਆ। ਇਹ ਬਾਜਵਾਲਾ ਚੌਂਕ ਹੈ ਜਿੱਥੇ ਹਮਲਾ ਕੀਤਾ ਗਿਆ ਔਰ ਪੰਜਾਬ ਪੁਲਿਸ ਦੀ ਜੇ ਗੱਲ ਕੀਤੀ ਜਾਵੇ ਤਾਂ SP ਜਿਹੜੇ ਨੇ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਲਦ ਹੀ ਜਿਹੜੇ ਆਰੋਪੀਆਂ ਨੂੰ ਫੜਿਆ ਜਾਏਗਾ, ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਜਿਹੜਾ ਸ਼ਰੇਆਮ ਜਿਹੜੇ ਹੈ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਇੱਥੇ ਪੰਜਾਬ ਪੁਲਿਸ ਲਗਾਮ ਲਈ ਜਿਹੜੀ ਇਹ ਕਾਮਯਾਬ ਹੁੰਦੀ ਹੈ ਔਰ ਇਹ ਆਰੋਪੀਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਗੁੰਡਾਗਰਦੀ ਦੇ ਨੰਗੇ ਨਾਚ ਚੱਲਦੇ ਰਹਿਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਜਗਜੀਤ ਕੁਮਾਰ ਦੀ ਫੈਕਟ ਨਿਊਜ਼। ਪਤਾ ਨਹੀਂ ਲੱਗਿਆ ਕੌਣ ਸੀਗੇ। ਮਾਤਾ ਜੀ ਤੁਸੀਂ ਕਿੱਥੋਂ ਆ ਰਹੇ? ਕੋਰਟ 'ਚੋਂ ਗਵਾਹੀ ਦੇ ਕੇ ਆ ਰਹੇ ਕੀ ਸੀਗੇ? ਸਾਡੀ ਤਰੀਕ ਸੀ। ਤਰੀਕ ਤੋਂ ਆ ਰਹੇ ਸੀਗੇ ਤਾਂ ਉਹਨਾਂ ਨੇ ਕਿੰਨੇ ਨਾਲ ਵਾਰ ਕੀਤਾ? ਤਲਵਾਰਾਂ ਨਾਲ ਕਿਹਦੇ ਨਾਲ? ਹਾਂਜੀ ਕਿਰਪਾਨਾ ਕਰ ਜਾਣਾ ਸਾਈਡ ਹੋ ਜੀ। ਕਿੰਨੇ ਜਣੇ ਸੀ ਜੀ? ਤਿੰਨ ਜਣੇ ਸੀ। ਮੈਨੂੰ ਪਤਾ ਹੀ ਨਹੀਂ। ਅਤੇ ਆਪਣੇ SPD ਸਾਹਿਬ ਅਸੀਂ ਮੌਕੇ 'ਤੇ ਆਏ ਹਾਂ। ਅਸੀਂ ਇੱਥੇ ਹੁਣ ਜਸਟ ਹੁਣੇ 2 ਮਿੰਟ ਹੋਏ ਪਹਿਲਾਂ ਪਹੁੰਚੇ ਹਾਂ ਇੱਥੇ। ਅਸੀਂ ਵੈਰੀਫਾਈ ਕਰ ਰਹੇ ਹਾਂ, ਇੱਥੇ ਕੈਮਰੇ ਚੈੱਕ ਕਰ ਰਹੇ ਹਾਂ ਔਰ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹੈ। ਬਾਕੀ ਕੁੜੀ ਨੂੰ ਮਿਲ ਕੇ ਪੁੱਛਿਆ, ਹੋ ਸਕਦਾ ਕੁੜੀ ਨੂੰ ਪਤਾ ਹੋਵੇ ਕਿ ਕਿਹੜੇ ਮੈਨੂੰ ਸੱਟਾ ਮਾਰ ਕੇ ਗਿਆ। ਕੁੜੀ ਇਸ ਵਕਤ ਕਿੱਥੇ ਹੈ ਸਰ? ਕੁੜੀ ਹੋਸਪਿਟਲ ਦਾਖਲ ਲੈ ਕੇ ਨੇ ਕਰਾਉਣ ਵਾਸਤੇ। ਕੁੜੀ ਹੋਸਪਿਟਲ ਹੈ, ਬਾਕੀ ਅਸੀਂ ਟਰੇਸ ਕਰ ਲਾਂਗੇ, ਨੋ ਪ੍ਰੋਬਲਮ। ਕਿੰਨੀ ਕੁ ਸੱਟਾਂ ਦੱਸਿਆ ਜਾ ਰਿਹਾ ਸਰ? ਬਸ ਦੱਸਣ ਮੁਤਾਬਕ ਕੀ ਹੈ ਕਿ ਉਹ ਜਿਹੜੀ ਉਂਗਲ 'ਤੇ ਸੱਟਾਂ ਲੱਗੀਆਂ ਨੇ ਕਿਰਪਾਨਾਂ ਨਾਲ, ਬਾਕੀ ਕੁੜੀ ਨੂੰ ਵੇਖ ਕੇ ਤੇਰੀ ਵੀ ਪਤਾ ਲੱਗੇਗਾ। ਮਾਮਲਾ ਕੀ ਪਤਾ ਲੱਗਿਆ ਕੁਛ ਨਹੀਂ? ਉਹ ਤਾਂ ਜੀ ਹਜੇ ਨਾ ਤਫਤੀਸ਼ ਦਾ ਮੈਟਰ ਹੈ, ਉਹਨਾਂ ਨੂੰ ਕੁੜੀ ਨੂੰ ਮਿਲ ਕੇ ਬਾਕੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਬੜਾ ਕਰਜ਼ੇ ਨੇ ਇਸ ਤਰ੍ਹਾਂ ਜ਼ਰੂਰ ਕਰਾਂਗੇ।